करवाए, कोई परेशानी है? नहीं सर, कोई परेशानी नहीं है। बेटा कोई परेशानी है? नहीं सर, बहुत ही बढ़िया स्टाफ है अपने समान दा। ਤੁਸੀਂ ਮੈਂ ਸਮਾਨੀ ਤੋਂ ਹੀ ਨਹੀਂ ਇੱਥੇ ਕੰਮ ਕਰਦਾ? ਹਾਂਜੀ ਨਹੀਂ ਸਰ, ਮੈਂ ਕੰਮ ਹੀ ਕਰਾਉਣਾ ਆਇਆ ਆਪਣਾ ਦਾ। ਓਕੇ ਚਲੋ, ਕੀ ਹਾਲ ਹੈ ਬੇਟਾ? ਠੀਕ ਹੋ? ਅਸ ਗੱਲ ਨਹੀਂ ਬੇਟਾ, ਤੁਹਾਡਾ ਕੌਣ ਹੈ ਹੈਡ? ਸੋਮਵਾਰ ਨੂੰ ਬੇਟਾ ਨਾ ਕਿੰਨੇ ਬੰਦਿਆਂ ਦਾ ਕੰਮ ਹੋਇਆ ਸ਼ਾਮ ਨੂੰ ਆਫਿਸ 'ਚ? ਬਲਕਾਰ ਨੂੰ ਜਾਂ ਜਿਹੜਾ ਵੀ ਹੋਊਗਾ ਉਹਦੇ ਲਈ ਪਹੁੰਚਣਾ ਚਾਹੀਦਾ। ਕਿਹੜੇ ਦਾ ਕੀ ਕੰਮ ਸੀ, ਕਿਹੜੇ ਦਾ ਕੀ ਕੰਮ? ਰੋਜ਼ ਦੀ ਮੈਨੂੰ ਉਹ ਚਾਹੀਦੀ। ਠੀਕ ਹੈ, ਦੋ ਤਿੰਨ ਕੰਮ ਆਣੇ, ਪਤਾ ਕੀ ਇੱਕ ਤਾਂ ਲੈਣ ਲੱਗਣੇ ਚਾਹੀਦੇ ਆ ਬਿਲਕੁਲ। ਜੇ ਕੱਲ ਨੂੰ ਮਤਲਬ ਜਿਵੇਂ ਆਮ ਪਹਿਲਾਂ ਰੈਂਟ ਦੀ ਪੇਮੈਂਟ ਦਾ ਪੈਸੇ ਦਾ ਉੱਧਰ ਕੌਣ ਹੈ? ਉਹਨੂੰ ਵੀ ਕਿਉਂ ਮਿਲੂਗਾ? ਠੀਕ ਹੈ, ਮੈਂ ਅੱਜ ਤਾਂ ਜਾਣਾ ਮਸਲ ਮਸਲ ਸਾਹਿਬ ਜਾਣਾ, ਆ ਕੇ ਫਿਰ ਮੈਂ ਤੁਸੀਂ ਮੈਨੂੰ ਨਾ ਜਿਹੜੇ ਹੈੱਡ ਨੇ ਉਹ ਜ਼ਰੂਰੀ ਬੇਟਾ, ਤੁਸੀਂ ਸਮਝਣਾ, ਤੁਹਾਡੇ ਰਿਸਪੈਕਟ ਦੇਣੀ ਹੈ ਸਭ ਨੂੰ। ਕੋਈ ਵੀ ਆਉਂਦਾ, ਕੋਈ ਚੇਅਰ ਵਗੈਰਾ ਦੀ ਲੋੜ ਹੈ ਮੈਨੂੰ ਦੱਸਣਾ, ਮੈਂ ਆਪ ਅਰੇਂਜ ਕਰਵਾਊਂਗਾ ਜਿੱਥੋਂ ਮਰਜ਼ੀ ਕਰਾਂ। ਠੀਕ ਹੈ ਨਾ, ਹਰ ਇੱਕ ਨੂੰ ਬਿਲਕੁਲ ਮਹਿਸੂਸ ਹੋਵੇ ਵੀ ਦਫ਼ਤਰ 'ਚ ਆਏ ਨੇ, ਇਹ ਮਹਿਸੂਸ ਨਾ ਹੋਵੇ ਵੀ ਪਤਾ ਨਹੀਂ ਕਿੱਡਾ ਕੁ ਸੰਕਟ ਝੱਲ ਕੇ ਆਏ। ਸੋ ਇਸ ਕਰਕੇ ਮੇਰੀ ਰਿਕੁਐਸਟ ਹੈ, ਤੁਸੀਂ ਮੇਰੇ ਬੱਚੇ ਹੋ, ਬੇਟੇ ਹੋ, ਤੁਹਾਨੂੰ ਜੇ ਜੋਬ ਵਿੱਚ ਹੈ, ਪ੍ਰਾਈਵੇਟ ਜੋਬ ਮਿਲੀ ਹੈ, ਅਸੀਂ ਸਾਡੇ ਜਿਹੜੇ ਆਉਂਦੇ ਨੇ ਇਹ ਸਾਡੇ ਬਲਕਿ ਕਸਟਮਰ ਨੇ, ਇਹਨਾਂ ਨੇ ਬਾਰ ਬਾਰ ਆਉਣਾ, ਕਿਉਂ ਬਹੁਤ ਛੋਟੇ ਛੋਟੇ ਕੰਮਾਂ ਵਾਸਤੇ ਹਰਾਸ਼ ਨਹੀਂ ਕਰਨਾ। ਜਿਹੜਾ ਆ ਗਿਆ ਉਹਦਾ ਮਸਲਾ ਹੱਲ ਕਰਨਾ, ਉਹ ਜਦੋਂ ਵਿੰਡੋ 'ਤੇ ਆ ਗਿਆ ਉਦੋਂ ਆ ਕੇ ਮੋੜਨਾ ਨਹੀਂ ਵੀ ਹਾਂ ਤੇਰਾ ਆਹ ਕਾਗਜ਼ ਨੇ ਉਹ ਕਾਗਜ਼ ਨਹੀਂ। ਇੱਕ ਬੰਦੇ ਦੀ ਪ੍ਰੋਪਰ ਡਿਊਟੀ, ਸਵੇਰੇ ਜਿਹੜੇ ਆਉਂਦੇ ਨੇ ਉਹਨਾਂ ਚੈੱਕ ਕਰੋ ਕਿ ਜੇ ਉਹਨਾਂ ਦਾ ਕੋਈ ਕਾਗਜ਼ ਨਹੀਂ ਹੈ, ਉਹਨਾਂ ਨੂੰ ਸਵੇਰੇ ਕਹਿ ਦਿਓ ਵੀ ਆਹ ਤੁਹਾਡੇ ਕਾਗਜ਼ ਨਹੀਂ ਹੈ। ਉਹਨਾਂ ਨੂੰ ਸਾਰਾ ਦਿਨ ਉਹਨੇ ਬਿਠਾ ਕੇ ਸ਼ਾਮ ਨੂੰ ਮੋੜਨਾ ਵੀ ਹੈ, ਉਹ ਆਪਾਂ ਨੇ ਚੰਗਾ ਕੁਛ ਕਰਕੇ ਦੇਣਾ 5 ਸਾਲਾਂ 'ਚ। ਮੈਂ 5 ਸਾਲ ਵਾਸਤੇ ਐਮ ਐਲ ਏ ਨਹੀਂ ਬਣਨਾ, ਮੈਨੂੰ ਜਦੋਂ ਮਰਜ਼ੀ ਯਾਦ ਕਰੋ, ਤੁਹਾਡਾ ਭਰਾ ਹਰ ਟਾਈਮ ਤੁਹਾਡੇ 'ਚ ਹਾਜ਼ਰ, ਪਲੀਜ਼ ਸ਼ਿਕਾਇਤ ਦਾ ਮੌਕਾ ਨਹੀਂ। ਪੈਸਾ ਬਿਲਕੁਲ ਨਹੀਂ ਲੈਣਾ, ਬਿਲਕੁਲ ਵੀ। ਲਾਲ ਪੀਲੀ ਕਾਲੀ ਜਿਹੜੀ ਵੀ ਕਾਪੀ ਹੈ ਉਹ ਪ੍ਰੋਪਰ ਬਣਨੀ ਚਾਹੀਦੀ ਹੈ, ਕੋਈ ਇਹ ਨਹੀਂ ਵੀ ਸ਼ਪਾਰਸ਼ ਚੇਤਨ ਦੀ ਆਊਗੀ, ਅੱਜ ਦੀ ਹੁੰਦੀ ਆਊਗੀ, ਨਾ, ਉਹ ਪ੍ਰੋਪਰ ਬਣਾ ਕੇ ਦਿਓ। ਠੀਕ ਹੈ, ਸੋਮਵਾਰ ਨੂੰ ਮੈਂ ਫਿਰ ਵਿਜ਼ਿਟ ਕਰੂੰਗਾ। ਠੀਕ ਹੈ ਜੀ, ਧੰਨਵਾਦ।